ਪ੍ਰਧਾਨ ਏਕਤਾ ਪਾਰਟੀ ਔਰ ਏਕਤਾ ਪਾਰਟੀ ਵੱਲੋਂ ਵੀ ਸਰਦਾਰ ਪਰਮਜੀਤ ਸਿੰਘ ਸਾਡੇ ਕੈਂਡੀਡੇਟ ਹੈਗੇ ਆ ਔਰ ਲਗਾਤਾਰ ਸਵੇਰ ਤੋਂ 5 ਵਜੇ ਤੋਂ ਲੈ ਕੇ ਲਗਾਤਾਰ ਅਸੀਂ ਵੱਖ ਵੱਖ ਪਿੰਡਾਂ ਵਿੱਚ ਦੌਰਾ ਕਰਕੇ ਆਪਣੀ ਆਪਣੀ ਪਾਰਟੀ ਦੀਆਂ ਮੀਟਿੰਗਾਂ ਕਰਦੇ ਪਏ ਹਾਂ ਕਿਉਂਕਿ ਮੈਂ ਸਮਝਦਾ ਵੀ ਹਲਕਾ ਖਡੂਰ ਸਾਹਿਬ ਦੇ ਜਿੰਨੇ ਵੀ ਪਿੰਡ ਹੈਗੇ ਆ ਜਾਂ 9 ਹਲਕੇ ਹੈਗੇ ਆ ਉਹਨਾਂ 9 ਹਲਕਿਆਂ ਦੇ ਵਿੱਚ ਮੈਂ ਸਮਝਦਾ ਬੜੀ ਇੱਕ ਵੱਡੀਆਂ ਪਰੇਸ਼ਾਨੀਆਂ ਹੈਗੀਆਂ ਵੀ ਦੇਖੋ ਪਿੰਡਾਂ ਦੇ ਹਾਲਾਤ ਇਹ ਬਣੇ ਪਏ ਆ ਜੇ ਪਹਿਲੀਆਂ ਸਰਕਾਰਾਂ ਨੇ ਸਹੀ ਕੰਮ ਕੀਤਾ ਹੁੰਦਾ ਜਾਂ ਜਿਹੜੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਉਹਨਾਂ ਦੇ ਗਰੰਟੀਆਂ ਦੇ ਸਹੀ ਉਤਰੇ ਹੁੰਦੇ ਤਾਂ ਮੈਂ ਸਮਝਦਾ ਦੂਸਰੀਆਂ ਪਾਰਟੀਆਂ ਨੂੰ ਇੱਥੇ ਆਉਣ ਦੀ ਲੋੜ ਨਾ ਪੈਂਦੀ ਕਿਉਂਕਿ 2017 ਤੋਂ ਲੈ ਕੇ 2022 ਤੱਕ ਇਹੋ ਜਿਹੀਆਂ ਗਰੰਟੀਆਂ ਚੱਲੀਆਂ ਕਿ ਲੋਕ ਗਰੰਟੀਆਂ ਦੇ ਵਿੱਚ ਹੀ ਮੈਂ ਸਮਝਦਾ ਵੀ ਆਪਣੀਆਂ ਜਿਹੜੀਆਂ ਜਿੰਨੇ ਪਰਿਵਾਰਾਂ ਦੀਆਂ ਵੋਟਾਂ ਪਾ ਕੇ ਲੋਕਾਂ ਨੂੰ ਮਿਨਿਸਟਰ MP ਬਣਾ ਕੇ ਲੋਕਾਂ ਨੂੰ ਵਿਧਾਨ ਸਭਾ 'ਚ ਭੇਜਤਾ ਪਰ ਜਿੰਨੇ ਸਾਡੇ ਪਰਿਵਾਰ ਹੈਗੇ ਆ ਇਹ ਵਿਚਾਰੇ ਅੱਜ ਵੀ ਉੱਥੇ ਦੇ ਉੱਥੇ ਹੀ ਬੈਠੇ ਆ ਮੈਂ ਜਿੰਨੇ ਪਿੰਡਾਂ 'ਚ ਘੁੰਮਿਆ ਮੈਂ ਸਾਰੇ ਪਿੰਡਾਂ 'ਚ ਪੁੱਛਿਆ ਬੀਬੀਆਂ ਨੂੰ ਵੀ ਕਿਸੇ ਨੂੰ 1000 ਰੁਪਈਆ ਮਿਲਿਆ ਉਹ 1000 ਰੁਪਈਆ ਤਾਂ ਕਿਸੇ ਬੈਂਕ ਦੇ ਲਾਗੇ ਛਾਗੇ ਵੀ ਨਹੀਂ ਲੰਘਿਆ ਅਤੇ ਇਸ ਕਰਕੇ ਵੀ ਜਿਹੜੀਆਂ ਸਰਕਾਰਾਂ ਝਾੜੂ ਵਾਲੀਆਂ ਕਹਿੰਦੀਆਂ ਸੀਗੀਆਂ ਵੀ ਅਸੀਂ 40 ਖਰਬਾਂ ਰੁਪਈਆ ਇੱਧਰੋਂ ਲੈਣਾ ਇੱਧਰੋਂ ਲੈਣਾ ਪਹਿਲੀ ਸੱਟੇ ਸਾਡੀ ਗਰੰਟੀ ਜਿਹੜੀ ਆ 1000 ਰੁਪਈਆ ਬੀਬੀਆਂ ਦੇ ਕੋਣ 'ਚ ਆਊਗਾ ਮੈਂ ਝਾੜੂ ਵਾਲਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆ ਰੋਡ ਸ਼ੋਰ ਛੱਡ ਦਿਓ ਰੋਡ ਸ਼ੋਰ ਛੱਡਣ ਦੀ ਬਜਾਏ ਪਿੰਡਾਂ ਦੇ ਹਾਲਾਤ ਦੇਖੋ ਵੀ ਪਿੰਡਾਂ ਵਾਲਿਆਂ ਤੁਹਾਡੇ ਮੂੰਹਾਂ 'ਤੇ ਝਾੜੂ ਮਾਰਨੇ ਆ ਕਿਉਂਕਿ ਤੁਸੀਂ ਲੋਕਾਂ ਨਾਲ ਧੋਖਾ ਕੀਤਾ ਲੋਕਾਂ ਨਾਲ 420 ਕੀਤੀ ਹੈ ਤੁਸੀਂ ਕਿਹਾ ਆਟਾ ਦਿਆਂਗੇ ਖੰਡ ਦਿਆਂਗੇ ਘਿਓ ਦਿਆਂਗੇ ਦਾਲ ਦਿਆਂਗੇ ਔਰ ਅੱਜ ਜੇ ਕਣਕ ਵੀ ਮਿਲਦੀ ਹੈ ਇੱਕ ਪਰਿਵਾਰ ਨੂੰ 3-3, 4-4 ਦਿਨ ਲਾਈਨ ਲਾ ਕੇ ਤਾਂ ਜਾ ਕੇ 35-40 ਕਿਲੋ ਕਣਕ ਮਿਲਦੀ ਹੈ ਔਰ 1000 ਰੁਪਈਆ ਤੁਸੀਂ ਕਿਹਾ ਸੀਗਾ ਕਿ ਅਸੀਂ ਹਰ ਬੀਬੀ ਦੇ ਅਕਾਊਂਟ 'ਚ ਪਾਵਾਂਗੇ ਪਰ ਮੈਂ ਸਮਝਦਾ ਉਹਦੇ ਤੋਂ ਵੀ ਇਹ ਫੇਲ ਨਜ਼ਰ ਆਏ ਆ ਜੇ ਆਪਾਂ BJP ਦੀ ਗੱਲ ਕਰਦੇ ਹਾਂ ਤਾਂ BJP ਨੇ 900 ਕਿਸਾਨ ਤਾਂ ਪਹਿਲਾਂ ਹੀ ਮਾਰਤਾ ਵਾ ਉਹ ਜੇ ਕਾਂਗਰਸ ਦੀ ਗੱਲ ਕਰਦੇ ਹਾਂ ਕਾਂਗਰਸ ਵਾਲੇ ਝਾੜੂ ਵਾਲੇ ਮੈਂ ਪਿੰਡ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਝਾੜੂ ਅਤੇ ਕਾਂਗਰਸ ਇਕੱਠਾ ਹੀ ਜੇ ਸਿਰਫ ਪੰਜਾਬ ਦੇ ਵਿੱਚ ਵੱਖੋ ਵੱਖੀ ਆਪੋ ਸਿਰ ਪਰਨ ਦੇ ਆ ਹਰਿਆਣੇ ਦੇ ਵਿੱਚ ਕੱਲ੍ਹ ਦਿੱਲੀ ਵੋਟਾਂ ਹੋਣੀਆਂ ਉਹ ਝਾੜੂ ਵਾਲੇ ਅਤੇ ਪੰਜੇ ਵਾਲੇ ਦੇ ਕੈਂਡੀਡੇਟ ਸਾਂਝੇ ਜੇ ਉੱਥੇ ਸਾਂਝੀਆਂ ਵੋਟਾਂ ਪੈ ਕੇ ਉਹਨਾਂ ਦੇ ਕੈਂਡੀਡੇਟ ਹੈਗੇ ਆ ਇਹ ਪੰਜਾਬ ਦੇ ਵਿੱਚ ਐਵੇਂ ਬੇਵਕੂਫ ਬਣਾਉਂਦੇ ਆ ਇਹਨਾਂ ਦੀ ਬੇਵਕੂਫ 'ਚ ਆਪਾਂ ਨਾ ਰਹੀਏ ਅਤੇ ਇਸ ਕਰਕੇ ਅੱਜ ਮੁੰਡਾ ਪਿੰਡ ਦੇ ਵਿੱਚ ਇਹ ਸਾਥੀ ਜਤਿੰਦਰ ਨੂੰ ਅਸੀਂ ਮੁੰਡਾ ਪਿੰਡ ਦੇ ਵਿੱਚ ਅਸੀਂ ਪ੍ਰਧਾਨ ਬਣਾਇਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਇਹਨਾਂ ਦੀ ਵੋਟਾਂ ਤੋਂ ਪਹਿਲਾਂ ਵੋਟਾਂ ਤੋਂ ਬਾਅਦ ਕੋਈ ਵੀ ਸਮੱਸਿਆ ਹੋਊਗੀ ਬਗੈਰ ਪੈਸੇ ਤੋਂ ਜਿਹੜੀ ਇਹਨਾਂ ਦਾ ਹੱਲ ਕਰਕੇ ਜਾਵਾਂਗੇ ਗਾਂ ਅਸੀਂ ਇਹਨਾਂ ਨੂੰ ਜੋੜਨਾ ਤੋੜਨਾ ਥੋੜ੍ਹੀ ਆ ਇਸ ਕਰਕੇ ਏਕਤਾ ਪਾਰਟੀ ਦੇ ਨਾਲ ਜਿੰਨਾ ਵੀ ਸਮਾਜ ਜੁੜਿਆ ਲੋਕਾਂ ਦੇ ਕੰਮਕਾਰ ਕੀਤੇ ਫਿਰ ਅਸੀਂ ਜੋੜਿਆ ਦੂਜੀ ਮੀਟਿੰਗ ਤਾਂ ਕਰਦੇ ਹਾਂ ਜਿਹੜਾ ਪਹਿਲਾਂ ਅਸੀਂ ਵਾਅਦਾ ਕੀਤਾ ਉਹਨੂੰ ਪੂਰਾ ਕਰਕੇ ਫਿਰ ਮੈਂ ਸਮਝਦਾ ਉਸ ਪਿੰਡ 'ਚ ਜਾਂਦੇ ਹਾਂ ਇਹੀ ਅਸੀਂ ਵਾਅਦਾ ਕਰਕੇ ਚੱਲੇ ਹਾਂ ਸਾਥੀ ਨੂੰ ਮੈਂ ਪੂਰਾ ਵਿਸ਼ਵਾਸ ਦਿੰਦਾ ਕਿ ਏਕਤਾ ਪਾਰਟੀ ਆ ਤੇਰਾ ਪੂਰਾ ਹੱਥ ਹੈਗਾ ਜਿੱਥੇ ਤੈਨੂੰ ਸਾਡੀ ਲੋੜ ਪਊਗੀ ਜਿੱਥੇ ਮੇਰੀ ਫੋਨ ਦੀ ਲੋੜ ਪਊਗੀ ਅੱਧੀ ਰਾਤੀ ਮੈਨੂੰ ਫੋਨ ਕਰੇਗਾ ਪੈ ਬੈਕ ਕੋਲ ਕਰੂੰਗਾ ਉਹ ਤੇਰੀ ਸਮੱਸਿਆ ਫੋਨ 'ਚ ਹੱਲ ਕਰੂੰਗਾ ਮੈਂ ਹਾਂਜੀ ਕਿਹੜਾ ਪਿੰਡ ਵਾ ਮੁੰਡਾ ਪਿੰਡ ਹੈ ਜੀ ਹਾਂਜੀ ਸਰ ਜਿੱਦਾਂ ਕਿ ਤੁਹਾਡੇ ਕੋਲ ਅੱਜ ਪਰਮਜੀਤ ਜੀ ਆਏ ਆ ਕੈਂਡੀਡੇਟ ਤਾਂ ਕੀ ਆਸ਼ਵਾਸਨ ਦੇ ਰਹੇ ਆ ਪਿੰਡ ਵਾਲੇ ਅਸੀਂ ਜੀ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ ਜੀ ਤਾਂ ਤੁਹਾਡੀ ਸਮੱਸਿਆ ਵੀ ਸੁਣੀ ਹੋਣੀ ਇਹਨਾਂ ਹਾਂ ਹਾਂਜੀ ਹਾਂਜੀ ਤਾਂ ਕਿੱਦਾਂ ਦੇਖਦੇ ਬਾਕੀ ਕੈਂਡੀਡੇਟ ਅਸੀਂ ਜੀ ਇਹਨਾਂ ਨੂੰ ਬਹੁਤ ਵਧੀਆ ਲੀਡਰ ਵਾ ਜਿਹੜੀਆਂ ਇਹਨਾਂ ਗੱਲਾਂ ਦੱਸੀਆਂ ਸਾਨੂੰ ਬਹੁਤ ਚੰਗੀਆਂ ਲੱਗੀਆਂ ਇਹਨਾਂ ਦੀ ਕਹਿੰਦੇ ਮਤਲਬ ਕਿ ਪਿੰਡ ਵਾਲੇ ਭਰੋਸਾ ਦਵਾਉਂਦੇ ਹਾਂਜੀ 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 ਕੀ ਨਾਮ ਆ ਜੀ ਆਪਣਾ ਮੇਰਾ ਚੰਦਰ ਸਿੰਘ ਜੀ ਹਾਂਜੀ ਕਿਹੜਾ ਪਿੰਡ ਵਾ ਪਿੰਡ ਮੁੰਡਾ ਪਿੰਡ ਜੀ
ਹਾਂਜੀ ਸਰ, ਅੱਜ ਜਿਹੜੇ ਕਿ ਕੈਂਡੀਡੇਟ ਜਿਹੜੇ ਕਿ ਤੁਹਾਡੇ ਕੋਲ ਆਏ ਆ ਪਰਮਜੀਤ ਜੀ, ਹਾਂਜੀ ਹਾਂਜੀ, ਜਿਹਦਾ ਚੋਣ ਨਿਸ਼ਾਨ ਤੇ ਬੈਟਰੀ ਆ, ਹਾਂਜੀ ਹਾਂਜੀ, ਤਾਂ ਤੁਹਾਡੇ ਵਿੱਚ ਵਿਚਰੇ ਵੀ ਆ, ਤਾਂ ਕੀ ਅਪੀਲ ਕੀ ਮਤਲਬ ਕਿੱਦਾਂ ਦੇਖਦੇ ਜਿਹੜੇ ਤੁਹਾਡੇ ਵਿੱਚ ਆਏ ਆ? ਅਸੀਂ ਇਹਦੀ ਮੰਗ ਮੰਗਦੇ ਹਾਂ ਜੀ, ਜਿਹੜੇ ਲੋਕ ਆ ਪਹਿਲਾਂ ਹੀ ਇਹਨਾਂ ਨੇ ਜਾਣਾ ਪੱਕਾ ਨਹੀਂ ਮਿਲਦਾ, ਤੁਸੀਂ ਥਾਣਿਆਂ 'ਤੇ ਜਾਈਦਾ ਆ, ਉੱਥੇ 10,000 ਲੈ ਦਿਓ, 20,000 ਲਿਓ, ਜੇ ਥਾਣਿਆਂ 'ਤੇ 20,000 ਲੱਗਣਾ ਫਿਰ ਫਾਇਦਾ ਨਹੀਂ ਅੱਜ ਜਾਣ ਦਾ, ਉਹ ਹੀ ਵੋਟਾਂ ਪਾ ਤੇ ਉਹਨਾਂ ਨੂੰ ਹੈ ਮੇਲੇ ਪਾਉਂਦੇ ਆ, ਆਦੀਆਂ ਆਦੇ ਸਿਰ 'ਤੇ ਆਦੀਆਂ ਜੁੱਤੀਆਂ ਮਾਰਦੇ ਸਿਰ, ਕੀ ਫਾਇਦਾ ਉਹਨੂੰ ਵੋਟਾਂ ਪਾਉਣ ਦਾ? ਅੱਜ ਆ ਬੰਦਾ ਸੋਤਾ ਜੀ, ਬਾਹਰ ਬੋਲ ਨੂੰ ਬੋਲ